ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ ਸੁਰਖਾਬ ਸੇਖੋਂ ਵਿੱਚ। ਅੱਜ ਆਪਾਂ ਬਣਾਵਾਂਗੇ ਇੱਕ ਬੈਟਰ ਤੋਂ ਤਿੰਨ ਡਿਸ਼ਾਂ। ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਬਹੁਤ ਹੀ ਹੈਲਦੀ ਬਣਦੀਆਂ ਹਨ। ਚਲੋ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਇੱਥੇ ਆਪਾਂ ਚੁਕੰਦਰ ਗ੍ਰੇਟ ਕਰ ਲਏ ਹਨ, ਨਾਲ ਹੀ ਆਪਾਂ ਤਿੰਨ ਤੋਂ ਚਾਰ ਗਾਜਰਾਂ ਗ੍ਰੇਟ ਕੀਤੀਆਂ ਹਨ ਅਤੇ ਤਿੰਨ ਪਿਆਜ਼ ਉਹ ਵੀ ਆਪਾਂ ਬਰੀਕ ਗ੍ਰੇਟ ਕਰ ਲਏ ਹਨ। ਥੋੜ੍ਹਾ ਜਿਹਾ ਇੱਥੇ ਆਪਾਂ ਲਿਆ ਹੈ ਮਸਰੂਲਾ ਚੀਜ਼। ਇਸ ਤਿੰਨ ਚੀਜ਼ਾਂ ਤੋਂ ਆਪਾਂ ਤਿੰਨ ਹੀ ਡਿਸ਼ਾਂ ਤਿਆਰ ਕਰਾਂਗੇ ਜੋ ਕਿ ਆਪਾਂ ਬ੍ਰੇਕਫਾਸਟ ਲੰਚ ਦੇ ਵਿੱਚ ਖਾ ਸਕਦੇ ਹਾਂ। ਇਹ ਬਹੁਤ ਹੀ ਹੈਲਦੀ ਆਪਸ਼ਨ ਹੈ ਬ੍ਰੇਕਫਾਸਟ ਦੇ ਵਿੱਚ ਅਤੇ ਬਹੁਤ ਹੀ ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਆਪਾਂ ਇੱਥੇ ਬਣਾਵਾਂਗੇ ਸੈਂਡਵਿਚ। ਇਸ ਲਈ ਆਪਾਂ ਇੱਕ ਬਾਊਲ ਲਿਆ ਹੈ, ਉਸ ਦੇ ਵਿੱਚ ਆਪਾਂ ਦੋ ਤੋਂ ਤਿੰਨ ਚਮਚ ਗ੍ਰੇਟ ਕੀਤੀਆਂ ਹੋਈਆਂ ਗਾਜਰਾਂ, ਦੋ ਤੋਂ ਤਿੰਨ ਚਮਚ ਚੁਕੰਦਰ ਅਤੇ ਇਸੇ ਤਰ੍ਹਾਂ ਹੀ ਇੰਨੀ ਕੁਆਂਟਿਟੀ ਦੇ ਵਿੱਚ ਆਪਾਂ ਪਿਆਜ਼ ਪਾ ਲਵਾਂਗੇ। ਹੁਣ ਇਸ ਦੇ ਵਿੱਚ ਆਪਾਂ ਮਿਊਨੀਜ਼ ਐਡ ਕਰਾਂਗੇ। ਇਹ ਆਪਸ਼ਨ ਹੈ, ਤੁਸੀਂ ਇਸ ਨੂੰ ਐਡ ਕਰ ਸਕਦੇ ਹੋ ਜਾਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ। ਹੁਣ ਇਸ ਦੇ ਵਿੱਚ ਆਪਾਂ ਚਿੱਲੀ ਫਲੇਕਸ ਪਾਵਾਂਗੇ। ਇਹ ਚਿੱਲੀ ਫਲੇਕਸ ਆਪਾਂ ਘਰ ਦੇ ਵਿੱਚ ਹੀ ਤਿਆਰ ਕੀਤੇ ਹਨ, ਇਸ ਦੀ ਵੀਡੀਓ ਆਪਾਂ ਯੂਟਿਊਬ 'ਤੇ ਅਪਲੋਡ ਕੀਤੀ ਹੋਈ ਹੈ। ਹੁਣ ਇਸ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਸਵਾਦ ਅਨੁਸਾਰ ਨਮਕ, ਲਾਲ ਮਿਰਚ ਪਾਊਡਰ ਅਤੇ ਔਰਗੈਨੋ ਐਡ ਕਰ ਲਵਾਂਗੇ। ਔਰਗੈਨੋ ਦੇ ਨਾਲ ਸੈਂਡਵਿਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਅਤੇ ਬਿਲਕੁਲ ਇਹਨਾਂ ਦਾ ਸਵਾਦ ਬਾਜ਼ਾਰ ਦੇ ਸੈਂਡਵਿਚਾਂ ਦੀ ਤਰ੍ਹਾਂ ਹੀ ਲੱਗਦਾ ਹੈ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਹ ਸੈਂਡਵਿਚ ਬਹੁਤ ਹੀ ਟੇਸਟੀ ਬਣਦੇ ਹਨ ਅਤੇ ਬਹੁਤ ਕਲਰਫੁੱਲ ਲੱਗਦੇ ਹਨ, ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਹੁਣ ਆਪਾਂ ਇੱਥੇ ਬ੍ਰੈਡ ਲਵਾਂਗੇ। ਇਹ ਮੈਂ ਬਰਾਊਨ ਬ੍ਰੈਡ ਲਏ ਹਨ, ਤੁਸੀਂ ਵਾਈਟ ਬ੍ਰੈਡ ਵੀ ਲੈ ਸਕਦੇ ਹੋ। ਹੁਣ ਇੱਕ ਬ੍ਰੈਡ ਦੇ ਉੱਤੇ ਆਪਾਂ ਇਸ ਤਰ੍ਹਾਂ ਮਿਊਨੀਜ਼ ਪਾ ਲਵਾਂਗੇ ਅਤੇ ਦੂਸਰੇ ਬ੍ਰੈਡ ਦੇ ਉੱਤੇ ਆਪਾਂ ਸੌਸ ਪਾ ਲਵਾਂਗੇ। ਇੱਥੇ ਆਪਾਂ ਗ੍ਰੀਨ ਚਿੱਲੀ ਵੀ ਲਗਾ ਸਕਦੇ ਹਾਂ। ਇਹਨਾਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਫੈਲਾ ਲਵਾਂਗੇ। ਹੁਣ ਇਹਨਾਂ ਦੇ ਉੱਤੇ ਆਪਾਂ ਬੈਟਰ ਕਰ ਲਵਾਂਗੇ। ਇਹ ਫਿਲਿੰਗ ਆਪਾਂ ਪੂਰੀ ਚੰਗੀ ਤਰ੍ਹਾਂ ਭਰਾਂਗੇ। ਇਹ ਸੈਂਡਵਿਚ ਦੇਖਣ ਦੇ ਵਿੱਚ ਵੀ ਬਹੁਤ ਸੋਹਣੇ ਲੱਗਦੇ ਹਨ ਅਤੇ ਬੱਚਿਆਂ ਨੂੰ ਟੇਸਟੀ ਵੀ ਬਹੁਤ ਲੱਗਦੇ ਹਨ। ਹੁਣ ਇਸ 'ਤੇ ਆਪਾਂ ਮਜ਼ਰੂਰਾ ਚੀਜ਼ ਪਾਵਾਂਗੇ। ਤੁਸੀਂ ਆਪਣਾ ਨੋਰਮਲ ਘਰ ਦਾ ਪਨੀਰ ਵੀ ਇਸ ਦੇ ਉੱਤੇ ਪਾ ਸਕਦੇ ਹੋ, ਇਸ ਦੇ ਨਾਲ ਹੋਰ ਹੈਲਦੀ ਬਣ ਜਾਂਦੇ ਹਨ। ਹੁਣ ਆਪਾਂ ਦੂਸਰਾ ਬ੍ਰੈਡ ਇਸ ਦੇ ਉੱਪਰ ਲਗਾ ਦੇਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲਵਾਂਗੇ। ਹੁਣ ਆਪਾਂ ਤਵੇ ਦੇ ਉੱਤੇ ਥੋੜ੍ਹਾ ਜਿਹਾ ਤੇਲ ਪਾ ਕੇ ਤਵੇ ਨੂੰ ਗਰਮ ਕਰ ਲਵਾਂਗੇ ਅਤੇ ਇਸ ਤਰ੍ਹਾਂ ਸੈਂਡਵਿਚ ਇਸ ਦੇ ਉੱਪਰ ਰੱਖ ਦੇਵਾਂਗੇ। ਹੁਣ ਆਪਾਂ ਇੱਕ ਸਾਈਡ ਤੋਂ ਥੋੜ੍ਹਾ ਜਿਹਾ ਸੇਕਣ ਤੋਂ ਮਗਰੋਂ ਇਸ ਦੀ ਸਾਈਡ ਪਲਟ ਦੇਵਾਂਗੇ ਅਤੇ ਇਸ ਤਰ੍ਹਾਂ ਪ੍ਰੈਸ ਕਰਕੇ ਇਸ ਨੂੰ ਮੀਡੀਅਮ ਸੇਕ ਦੇ ਉੱਤੇ ਹੀ ਪਕਾਵਾਂਗੇ। ਇਸ ਤਰ੍ਹਾਂ ਆਪਣੇ ਸੈਂਡਵਿਚ ਬਹੁਤ ਹੀ ਕਰੰਚੀ ਬਣ ਕੇ ਤਿਆਰ ਹੁੰਦੇ ਹਨ। ਇਹ ਦੇਖੋ ਜੀ, ਆਪਣਾ ਸੈਂਡਵਿਚ ਬਣ ਕੇ ਰੈਡੀ ਹੋ ਚੁੱਕਾ ਹੈ। ਹੁਣ ਆਪਾਂ ਇੱਕ ਸੈਂਡਵਿਚ ਇਸ ਤਰ੍ਹਾਂ ਪਕਾਵਾਂਗੇ ਤਾਂ ਕਿ ਬਿਲਕੁਲ ਪੀਜ਼ੇ ਦੀ ਤਰ੍ਹਾਂ ਲੱਗੇ। ਇਸ ਦੇ ਉੱਤੇ ਉਸੇ ਤਰ੍ਹਾਂ ਸੇਮ ਬੈਟਰ ਰੱਖ ਕੇ ਆਪਾਂ ਇਸ ਨੂੰ ਤਵੇ ਦੇ ਉੱਤੇ ਰੱਖ ਦੇਵਾਂਗੇ, ਉੱਪਰ ਕਵਰ ਕਰਕੇ ਪਕਾ ਲਵਾਂਗੇ। ਹੁਣ ਆਪਣੇ ਸਾਰੇ ਸੈਂਡਵਿਚ ਬਣ ਕੇ ਰੈਡੀ ਹੋ ਚੁੱਕੇ ਹਨ। ਹੁਣ ਆਪਾਂ ਇਹਨਾਂ ਨੂੰ ਕੱਟ ਕਰ ਲਵਾਂਗੇ ਅਤੇ ਫਿਰ ਇਹਨਾਂ ਦੀ ਆਪਾਂ ਪਲੇਟਿੰਗ ਕਰਾਂਗੇ। ਇਹ ਦੇਖੋ ਜੀ, ਹੁਣ ਆਪਣੇ ਸੈਂਡਵਿਚ ਕਿੰਨੇ ਵਧੀਆ ਕਲਰਫੁੱਲ ਬਣ ਕੇ ਤਿਆਰ ਹੋਏ ਹਨ। ਇਹਨਾਂ ਦਾ ਕਲਰ ਦੇਖ ਕੇ ਹੀ ਸਭ ਨੇ ਖੁਸ਼ ਹੋ ਕੇ ਇਹਨਾਂ ਨੂੰ ਖਾਣਾ ਹੈ। ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਅਤੇ ਇਹ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਅਤੇ ਸਭ ਨੂੰ ਵੀ ਬਹੁਤ ਪਸੰਦ ਆਉਂਦੇ ਹਨ। ਆਪਾਂ ਇਹਨਾਂ ਨੂੰ ਬ੍ਰੇਕਫਾਸਟ ਦੇ ਵਿੱਚ ਜਾਂ ਬੱਚਿਆਂ ਦੇ ਲੰਚ ਬਾਕਸ ਦੇ ਵਿੱਚ ਵੀ ਦੇ ਸਕਦੇ ਹਾਂ। ਆਪਾਂ ਇਹਨਾਂ ਚੀਜ਼ਾਂ ਤੋਂ ਦੂਸਰੀ ਡਿਸ਼ ਤਿਆਰ ਕਰਾਂਗੇ। ਇੱਥੇ ਮੈਂ ਇੱਕ ਕੌਲੀ ਆਟੇ ਦੀ ਲਈ ਹੈ ਅਤੇ ਅੱਧੀ ਕੌਲੀ ਇਸ ਦੇ ਵਿੱਚ ਆਪਾਂ ਬੇਸਣ ਦੀ ਐਡ ਕਰ ਲਵਾਂਗੇ। ਹੁਣ ਇਸੇ ਤਰ੍ਹਾਂ ਇਸ ਦੇ ਵਿੱਚ ਆਪਾਂ ਦੋ ਵੱਡੇ ਚਮਚ ਗਾਜਰਾਂ ਦੇ ਐਡ ਕਰ ਲਵਾਂਗੇ। ਇਹ ਦੋ ਚਮਚ ਹੀ ਆਪਾਂ ਇਸ ਦੇ ਵਿੱਚ ਬੀਟਰੂਟ ਐਡ ਕਰਾਂਗੇ। ਅਤੇ ਹੁਣ ਇਸ ਦੇ ਵਿੱਚ ਆਪਾਂ ਪਿਆਜ਼ ਐਡ ਕਰ ਲਵਾਂਗੇ। ਸਵਾਦ ਅਨੁਸਾਰ ਨਮਕ, ਥੋੜ੍ਹਾ ਜਿਹਾ ਗਰਮ ਮਸਾਲਾ, ਅੱਧਾ ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਇਸ ਦੇ ਵਿੱਚ ਆਪਾਂ ਸਾਬਤ ਜੀਰਾ ਐਡ ਕਰਾਂਗੇ।
अद्धा चमच इथे मैं अजवाइन ली है। इस नूं आपां हाथ दे नाल मसल के पा लवांगे तां कि इस दा स्वाद बहुत ज़्यादा वधिया आवे। हुण इन्हां सारियां चीज़ां नूं आपां चंगी तरह मिक्स कर लवांगे तां कि बीटरूट ते गाजर दा जो भी पानी है वह आटे दे विच चंगी तरह मिक्स हो जाए। दो चम्मच इथे आपां तेल दे ऐड कर लए हन। हुण आपां इस दे विच थोड़ा थोड़ा पानी पा के इस दा आटा तैयार कर लवांगे। जेकर आपां इन्हां तिन्नां चीज़ां नूं जिस तरह प्याज गाजर ते चुकंदर है इन्हां नूं आपां रात नूं क्रश करके रख लईए तां मॉर्निंग दे विच आपां फटाफट ये ब्रेकफास्ट तैयार कर सकते हाँ ते बच्चों का लंच बॉक्स दे विच भी पैक कर सकते हाँ। हुण अपना आटा गुज चुका है। हुण आपां इस दे पेड़े तैयार करके परौंठे तैयार करांगे। सब तो पहला आपां इत्थे एक पेड़ा लिया है, इस नूं आपां थोड़ा सुक्का आटा लगा के इस नूं चुंड लवांगे ते इस नूं बिल्कुल हल्के हत्थां दे नाल आपां इस दी रोटी तैयार करांगे। इन्हां दे विच क्रश कीते हुए बीटरूट ते गाजरां हन, इसलिए थोड़ी रोटी साइडां तों टुट सकती है। इस दे विच कोई टेंशन लैण वाली गल नहीं, बट ये टेस्टी बहुत बनती है, तुसीं जरूर इस नूं ट्राई करियो। तवा अपना गर्म हो चुका है, हुण इस दे उपर आपां रोटी पा दित्ती है। हुण इस नूं आपां इस तरह पलट के देसी घ्यो लगावांगे। तुसी कोई भी तेल यूज़ कर सकते हो। देसी घ्यो दे नाल परौंठे बहुत ही ज़्यादा टेस्टी बन के तैयार होंदे हन। हुण इस तरह आपां दूसरी साइड पलट के उस ते भी इस तरह घ्यो लगा लवांगे। इस तरह आपां परौंठे नूं हिलाउंदे हुए पकावांगे। बहुत ही ज़्यादा क्रंची ते टेस्टी बन के तैयार हुंदा है। हुण मैं थोड़ा जिहा इस दे विच इस तरह शेक कर लए हन। उपर इस दे आपां होर देसी घ्यो पावांगे तां कि अपना परौंठा बहुत ही ज़्यादा टेस्टी बने। ये देखो जी, अपना परौंठा बन के रेडी हो चुका है। इस तरह मैं सारे परौंठे तैयार कर लए हन। ये बहुत ही ज़्यादा हैल्दी ते टेस्टी बन के तैयार होंदे हन, तुसीं जरूर इस नूं ट्राई करियो। हुण आपां उपर देसी घ्यो लगा लिया है ते हुण आपां इन्हां नूं इंजॉय करांगे। ये देखो जी, गर्मा गर्म परौंठे हन, हत्थां नूं बहुत गर्म लग रहे हैं, पर देखो किन्ने वधिया सॉफ्ट बन के तैयार हुए हैं। हुण आपां करांगे तीसरी ब्रेकफास्ट की तैयारी। इस दे लई सब तो पहला मैं इत्थे एक कौली दही दी लई है, उसनों आपां चंगी तरह मैश कर लवांगे। हुण इस दे विच आपां फिर उही तीन चीज़ां प्याज गाजर ते चुकंदर ऐड कर लवांगे। ये रायता तुसी बना के देखियो, इन्ना ज़्यादा टेस्टी ते यम्मी बनता है, बच्चे भी बहुत ही खुश होकर खाते हैं। इन्हां सारियां चीज़ां नूं हुण आपां चंगी तरह मिक्स कर लवांगे। ये रायता मेरे बच्चों नूं बहुत ही ज़्यादा पसंद आता है ते वो बहुत ही खुश होकर खाते हैं। तुसीं जरूर एक बार ट्राई करियो, तुहाडे बच्चे भी बहुत खुश होकर इसनूं खाणगे। हुण इस दे विच मैं रोस्ट किया हुआ जीरा वो पा लिया है ते थोड़ा जिहा आपां इस दे विच ब्लैक सॉल्ट ऐड कर लिया है। इस दे नाल भी बहुत ही ज़्यादा टेस्ट आता है। हुण आपां थोड़ा जिहा इस दे विच पानी ऐड कर लिया है क्योंकि ज़्यादा थिक हो गया सी ते बरीक कटिया होया धनिया ऐड करांगे ते अपना रायता बन के तैयार हो चुका है। ये अपना हैल्दी रायता बन के रेडी है। हुण इस नूं आपां उपरों थोड़ा कर लवांगे। ये देखो किन्ना वधिया यम्मी यम्मी ते टेस्टी रायता बन के रेडी हो चुका है जी। अपनियां तीन रेसिपीज बन के तैयार हो चुकी हैं। जेकर वीडियो वधिया लगी तो प्लीज़ वीडियो नूं लाइक ते शेयर जरूर करियो ते जेकर चैनल ते पहली बार आए हो तो प्लीज़ चैनल नूं भी सबसक्राइब करियो, नाल दे बैल आइकन बटन नूं जरूर प्रेस करियो तां कि आने वाली वीडियो दा नोटिफिकेशन तुहानूं सब तो पहला मिल सके। मैनूं उम्मीद है कि यह ब्रेकफास्ट दीआं तीनों रेसिपीज तुहानूं बहुत वधिया लगियां होणगियां। आप मिलेंगे नेक्स्ट वीडियो में। धन्यवाद।